ਬਾਈ ਆ ਜੱਗੇ ਵਾਲੀ ਫੈਕਟਰੀ ਇੱਧਰ ਹੀ ਹੈ। ਹਾਂ ਤੈਨੂੰ ਕੀ ਲੋੜ ਪੈ ਗਈ ਜੱਗੇ ਦੀ? ਕੁਛ ਨੀ ਕੰਮ ਤੇ ਲੱਗਣਾ ਸੀ। ਚੁੱਪ ਕਰਕੇ ਦਿਹਾੜੀ ਕਰ ਲੈ, ਜੱਗੇ ਵਾਲੇ ਕੰਮ ਟ੍ਰੇਡ ਤੋਂ ਨਹੀਂ ਹੋਣੇ ਹੈਗੇ। ਜਲਦੀ ਹੱਥ ਚਲਾਓ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਾਲ ਕਿਉਂ ਨੀ ਪਹੁੰਚਿਆ ਬਾਈ? ਭਾਜੀ ਸਮਝ ਨਹੀਂ ਆਉਂਦਾ ਕਰੀਏ ਕੀ, ਬੰਦੇ ਨਹੀਂ ਮਿਲਦੇ ਸਮਾਨ ਇੱਧਰ ਉੱਧਰ ਕਰਨ ਵਾਲੇ। ਸਰਕਾਰਾਂ ਕੋਲ ਨੌਕਰੀਆਂ ਨਹੀਂ, ਬਾਜ਼ਾਰਾਂ 'ਚ ਕੰਮ ਨਹੀਂ, ਜਨਤਾ ਵਿਹਲੀ ਤੁਰੀ ਫਿਰਦੀ। ਉਹ ਵੀ ਪੜ੍ਹੀ ਲਿਖੀ, ਤੁਸੀਂ ਸਾਲੇ ਉਹ ਕਹਿੰਦੇ ਹੋ ਬੰਦੇ ਹੈ ਨੀ। ਹਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਮੰਨੇ ਕਿ ਨਹੀਂ ਮੰਨੇ? ਨਹੀਂ ਬਾਈ ਜੀ, ਹਾਲੇ ਤੱਕ ਤਾਂ ਨਹੀਂ ਮੰਨੇ। ਮੰਨਣ ਕੇ ਹਫ਼ਤਾ ਕੁ ਹੋਰ ਰੱਖ, ਮੰਨਣਗੇ ਸਾਲੇ। ਹੈਲੋ। ਹੈਲੋ, ਜੱਗਾ ਬਾਈ ਜੀ ਬੋਲਦੇ ਜੀ? ਹਾਂ ਬੋਲ ਰਹੇ ਹਾਂ। ਪੰਮਾ ਬੋਲਦਾ ਜੀ। ਪੰਮਾ ਕੌਣ ਓਏ? ਮੇਰਾ ਕਿਹੜਾ ਹਜੇ ਨੌ ਬਣਿਆ ਜੀ, ਪਰ ਬਣ ਜੂਗਾ ਤੁਹਾਨੂੰ ਮਾਰਨ ਤੋਂ ਬਾਅਦ। ਹਰਾਮ ਖੋਲ ਤੇਰੀ ਮੈਂ। ਬਾਈ 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 ਗੱਲ ਨਾ ਕੱਢੋ ਜੀ, ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ। ਹਫ਼ਤਾ ਹੀ ਆ ਤੁਹਾਡੇ ਕੋਲੇ ਬਸ। ਸਾਲਾ ਕਲਨ ਨਾ ਹੋਏ ਤਾਂ। ਇਹ ਤਾਂ ਤੁਹਾਨੂੰ ਵਾਰਨਿੰਗ ਹੈ ਜੀ। ਹਫ਼ਤਾ ਤਾਂ ਮੈਂ ਉਹੀ ਕਹਿਤਾ, ਮਾਰਤਾ ਤੁਹਾਨੂੰ ਮੈਂ ਦੋ ਤਿੰਨ ਦਿਨਾਂ 'ਚ ਹੀ ਦੇਣਾ। ਓਏ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਕਿਹਦਾ ਫੋਨ ਸੀ? ਓਏ ਐਵੇਂ ਕਿਸੇ ਬੇਲਰ ਦਾ ਫੋਨ ਸੀ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਹਿਲਾਂ ਡੋਡਿਆਂ ਦੇ ਫੁੱਲ ਚੰਗੇ ਲੱਗਦੇ ਸੀ ਅਤੇ ਆਪਾਂ ਉਹਨਾਂ ਨੂੰ ਚਿੱਟੇ ਦੇ ਲੱਗਣ ਲਾ ਤਾ। ਕਿਹਨੂੰ ਪੁੱਛ ਕੰਦਰ ਆਇਆ? ਫੋਨ ਕਰਨਾ ਸੀ ਜੀ। ਇੱਥੇ ਪੀ ਸੀ ਖੁੱਲਿਆ ਸੀ? ਫੋਨ ਹੀ ਕੀਤਾ, ਐਡੀ ਕਿੱਡੀ ਗੱਲ ਆ। ਸਾਲਿਆ ਤੂੰ ਮੈਨੂੰ ਚੋਰ ਲੱਗਦਾ, ਤੂੰ ਕਹਿੰਦਾ ਐਡੀ ਕੀ ਗੱਲ ਹੈ? ਸਾਲੇ ਕਿੱਥੋਂ ਆ ਜਾਣੇ ਉੱਠ ਕੇ? ਥੱਪੜ ਕਿਵੇਂ ਮਾਰਿਆ ਓਏ? ਥੱਪੜ ਕਿਵੇਂ ਮਾਰਿਆ? ਤੇਰੀ ਵੱਡੇ ਬਦਮਾਸ਼ ਦੀ। ਤੇਰੀ ਕੁੱਤੇ ਦੀ, ਤੇਰੀ। ਹੈਲੋ 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 ਜਨਾਬ, ਪਤਾ ਨਹੀਂ ਕਿਹੜੇ ਸਾਲੇ ਪਾਗਲ ਸੀ ਨਾਲ ਵਾਪ ਲਿਖੇ। ਫੇ ਮਰਵਾਓ ਸਣਾ ਬਾਈ ਜੀ। ਉਹ ਸ਼ਲਾਰੂ ਜੀ ਨੇ ਫੋਨ ਕਰਕੇ ਜੱਗੇ ਨੂੰ ਮਾਰਨ ਦੀ ਵਾਰਨਿੰਗ ਦਿੱਤੀ। ਨਾਲੇ ਬਾਈ ਜੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਉਹ ਤੋਂ ਕੁਛ ਨਹੀਂ ਹੋਣਾ, ਤੁਸੀਂ ਉਹਨੂੰ ਐਵੇਂ ਪਿਸਤੌਲ ਦੇ ਕੇ ਭੇਜਤਾ। ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਉਹ ਹੈ ਕਿੱਥੇ। ਸਾਲਿਆ ਜਿੱਥੇ ਚੱਲਣਾ ਸੀ ਉੱਥੇ ਚੱਲਿਆ ਨਹੀਂ, ਮੈਨੂੰ ਤਾਂ ਆਇਆ ਸੀ ਵੀ ਤੂੰ ਜੱਗੇ ਤੋਂ ਬੋਣੀ ਕਰੇਗਾ, ਹੁਣ ਚੱਲ ਪੀ। ਤੁਸੀਂ ਟੈਨਸ਼ਨ ਨਾ ਲਓ, ਇੰਨਾ ਟਾਈਮ ਤਾਂ ਲੱਗਣਾ ਹੀ ਹੈ। ਸਭ ਨੂੰ ਪਤਾ ਹੈ ਕਿ ਮਰਡਰ ਤੁਸੀਂ ਕੀਤਾ ਹੈ ਅਤੇ ਛਿੰਦੇ ਨੇ ਇਲਜ਼ਾਮ ਆਪਣੇ ਸਿਰ ਲੈ ਲਿਆ। ਹੁਣ ਸਾਡੇ ਕੋਲ ਇੱਕੋ ਹੀ ਤਰੀਕਾ ਹੈ ਕਿ ਉਹਦੇ ਖਿਲਾਫ ਕੋਈ ਗਵਾਹ ਨਾ ਭੁਗਤਣ ਦਈਏ। ਬਾਕੀ ਸਾਰੀ ਸੈਟਿੰਗ ਮੈਂ ਦੇਖ ਲਵਾਂਗਾ, ਬਸ ਦੋ ਤਿੰਨ ਤਰੀਕਾਂ ਪੈਣਗੀਆਂ, ਕੋਈ ਗਵਾਹ ਨਹੀਂ ਹੋਏਗਾ ਛਿੰਦਾ ਬਰੀ। ਮੈਨੂੰ ਉੱਧਰ 'ਤੇ ਭਰੋਸਾ ਹੈ ਗੁਪਤਾ। ਉਹ ਹਾਂ ਸੱਚ, ਤੁਹਾਡੇ ਦੂਸਰੇ ਬੇਟੇ ਦਾ ਕੀ ਹਾਲ ਹੈ? ਠੀਕ ਹੀ ਹੋਊਗਾ, ਬਹੁਤੀ ਗੱਲ ਨਹੀਂ ਹੁੰਦੀ ਮੇਰੇ ਨਾਲ। ਉਹਦੀ ਮਾਂ ਨਾਲ ਬਣਦੀ ਆ, ਉਹਦੀ ਮੇਰੇ ਨਾਲ ਨਹੀਂ ਬਣਦੀ।
इधर बाई जी लग रहा सी कि पम्मे नू भेज के किते गलती तो नहीं करती, ते पम्मे नू इदा लगता सी कि उन्हें बड़ी आसानी नाल जग्गे नू मार देना, पर जग्गा धमकी मिलने तो बाद भी बेखौफ सी। उन्हें यह लगता सी उन्हें कौन मार सकता है। पम्मा अपनी धुन विच मस्त सी, उन्हें तो बस जग्गे दी पाल सी। पाजी समान तो पूरा ही होगा। हुण पम्मे ने जग्गे दा टाइम नोट करना शुरू करता सी कि वह कदों किथे ते किन्ने वजे निकलदा है। पम्मे नू बस इक्को ही सी कि जग्गे नू किथे घेरा जावे। परमजीत घरे मुड़े आई ने, मेनू बड़ी फिक्र हो रही है। बेफिक्र हो जाओ, मैं उन्हें काम ते लवाता, जदों भी वेला होया ना आके जाऊ। मुंडा थोड़ा सियाना है, तुसी घर चलो, ठीक है जी। ਦਹੀਂ ਚਾਹ ਯਾਰ। ਅੱਛਾ, ਇੱਥੇ ਗੱਡੀਆਂ ਗੁੱਡੀਆਂ ਕਿੰਨੀਆਂ ਕੁ ਆਉਂਦੀਆਂ ਜਾਂਦੀਆਂ? ਆ ਗੱਡੀਆਂ ਗੁੱਡੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਾਈ, ਆ ਨਾਲ ਹੀ ਜੰਕਸ਼ਨ ਆ। ਮਿਲੀ ਵਾਰਨਿੰਗ ਦਾ ਜੱਗੇ ਨੂੰ ਕੋਈ ਖੌਫ ਨਹੀਂ ਸੀ, ਉਹ ਤਾਂ ਆਪਣੇ ਕੰਮਾਂ 'ਚ ਮਸਰੂਫ ਸੀ। ਬੜਾ ਸਮਝਾਇਆ ਸਾਲਿਆਂ ਨੂੰ ਪਿਆਰ ਨਾਲ, ਮੰਨੇ ਨਹੀਂ। ਜਿਵੇਂ ਜਿਵੇਂ ਦਿਨ ਨਿਕਲ ਰਹੇ ਸੀ, ਬਾਈ ਜੀ ਦੀ ਟੈਨਸ਼ਨ ਹੋਰ ਵੱਧ ਰਹੀ ਸੀ। ਕਾਸ਼ੀ ਓਏ, ਪੈਕਟ ਫੜਾ। ਲਿਆਇਆ ਜੀ। ਪੰਮੇ ਨੇ ਸੋਚ ਲਿਆ ਸੀ ਕਿ ਜੱਗੇ ਨੂੰ ਕਿੱਥੇ ਘੇਰਿਆ ਜਾ ਸਕਦਾ ਹੈ। ਪਛਾਣਿਆ? ਕੌਣ ਹੈ ਤੂੰ? ਵਾਰਨਿੰਗ ਦਿੱਤੀ ਸੀ ਪੰਮਾ।
ਪਿਸਤੌਲ ਪਿਸਤੂਲ ਹੈਗਾ ਤੇਰੇ ਕੋਲ? ਨਾ। ਤੇ ਮਗਰ ਥਣ ਫੜਨਾ ਹੈ? ਚੱਲ ਫੜ ਜਾ ਭਾਵੇਂ।